दोस्तों पंजाबी सिंगर सिद्धू मूसेवाला जो कि फिलहाल दे टाइम पूरी पंजाबी इंडस्ट्री उपर राज कर रहा है ते दूजे पासे हनी सिंह उसने भी किसी टाइम पूरी पंजाबी इंडस्ट्री का रुख ही बदल दिता सी। ते दोस्तों एक गल तां तुहानू सब नू पता ही है कि सिद्धू मूसेवाले का पहला गाना सोहाई गिप्पी गरेवाल दे लेवल हेठ आया सी। ते दोस्तों जदों गिप्पी गरेवाल नू रेड एफ एम रेडियो की एक लाइव इंटरव्यू दौरान सिद्धू मूसेवाले बारे पूछा गया तो गिप्पी गरेवाल ने सिद्धू मूसेवाला ते हनी सिंह इन्हां दोनों सिंगरां बारे की कुछ कहा तुसीं खुद ही देख लवो गिप्पी गरेवाल दी अलग तरीके दे गाने और इंडस्ट्री दे विच मैं कुछ बंदे इदां दे हुंदे बारी जदों हनी सिंह एंटर कीता इंडस्ट्री दे विच हनी सिंह जदों आया वो सारा कुछ अपना लेके आया ਕਹਿੰਦਾ ਮੇਰੀਆਂ ਕੰਪੋਜੀਸ਼ਨਾਂ ਅੱਡ ਨੇ ਮੇਰੀਆਂ ਤਰਜ਼ਾਂ ਅੱਡ ਨੇ ਮੇਰੇ ਬੀਟ ਅੱਡ ਹੈ ਤੁਸੀਂ ਬਿਲੀਵ ਕਰੋ ਕਿ ਜਿਹੜੇ ਬੰਦੇ ਨਾਲ ਵੀ ਗੀਤ ਕੀਤਾ ਉਹਦੀ ਲਾਈਫ ਦਾ ਵੱਡਾ ਗੀਤ ਬਣਾ ਦਿੱਤਾ ਉਹਨੇ ਈਵਨ ਤੁਸੀਂ ਦੇਖੋ ਜੀ ਚਲੋ ਪੰਜਾਬੀ ਆਰਟਿਸਟ ਤਾਂ ਛੱਡੋ ਭਾਜੀ ਸ਼ਾਹਰੁਖ ਖਾਨ ਵਰਗੇ ਬੰਦਿਆਂ ਦੇ ਗਾਣੇ ਆ ਲਾਈਫ ਦੇ ਵਿੱਚ ਲੂੰਗੀ ਡਾਂਸ ਵਰਗੇ ਗਾਣੇ ਬਣਾਤੇ ਜਿਹੜੇ ਉਹਨਾਂ ਦੀ ਲਾਈਫ ਦੇ ਵੀ ਵੱਡੇ ਹੋ ਗਏ ਠੀਕ ਹੈ ਨਾ ਸੋ ਉਹਨਾਂ ਨੇ ਉਵੇਂ ਹੀ ਸਿੱਧੂ ਆਇਆ ਸਿੱਧੂ ਜਦੋਂ ਆਇਆ ਸਿੱਧੂ ਆਪਣਾ ਟ੍ਰੈਂਡ ਲੈ ਕੇ ਆਇਆ ਸਿੱਧੂ ਆਪਣੀਆਂ ਚੀਜ਼ਾਂ ਲੈ ਕੇ ਆਇਆ ਮੈਨੂੰ ਯਾਦ ਆ ਜਦੋਂ ਪਹਿਲਾ ਹੀ ਗੀਤ ਮੇਰੇ ਕੋਲ ਆਇਆ ਸੀ ਗੀਤ ਤਾਂ ਅਸੀਂ ਕੰਪਨੀ ਖੋਲਣੀ ਸੀ ਕਿਸੇ ਹੋਰ ਗਾਣੇ ਦੇ ਨਾਲ ਤੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਮੈਨੂੰ ਪਰਸਨਲੀ ਗਾਣਾ ਇੰਨਾ ਪਸੰਦ ਸੀ ਵੋਕਲ ਵੀਡੀਓ ਹਰ ਚੀਜ਼ ਕੱਲੀ ਕੱਲੀ ਚੀਜ਼ ਚ ਸਵੈਗ ਲੱਗਦਾ ਸੀ ਮੈਂ ਕਿਹਾ ਯਾਰ ਆਹ ਹੈ ਜਿਹਨੂੰ ਸਾਡੇ ਯਾਰ ਕਹਿੰਦੇ ਖਾਨੇ ਇਹੀ ਨਹੀਂ ਸੀ ਪੈਂਦਾ ਕਿ ਸਵੈਗ ਕੀ ਹੈ ਹਰ ਬੰਦਾ ਕਹਿੰਦਾ ਸੀ ਯਾਰ ਆਹ ਚੀਜ਼ ਸਵੈਗ ਹੈ ਆਹ ਚੀਜ਼ ਸਵੈਗ ਹੈ ਮੈਂ ਕਿਹਾ ਜੀ ਪੰਜਾਬੀ ਚ ਮੈਨੂੰ ਮਤਲਬ ਦੱਸੋ ਵੀ ਕੀ ਮਤਲਬ ਹੈ ਕਹਿੰਦੇ ਘੈਂਟ ਮੈਂ ਕਿਹਾ ਯਾਰ ਉਹਦੇ ਤਾਂ ਹਰੇਕ ਹੀ ਆਪਣੇ ਆਪ ਨੂੰ ਘੈਂਟ ਕਹਿੰਦਾ ਪਰ ਜਦੋਂ ਸਿੱਧੂ ਦਾ ਗੀਤ ਆਇਆ ਮੈਂ ਕਿਹਾ ਯਾਰ ਆ ਹੈ ਘੈਂਟ ਅਸਲੀ ਹਨਾ ਵੀ ਜਿਹਨੂੰ ਸੁਣ ਕੇ ਖਾਨੇ ਪੈ ਰਿਹਾ ਔਰ ਇੰਨਾ ਟਿਪੀਕਲ ਪੱਗ ਵਾਲਾ ਮੁੰਡਾ ਦੇਸੀ ਸਰਦਾਰ ਜਮਾ ਪੇਂਡੂ ਜਿਹਨੂੰ ਬੰਬੇ ਤੱਕ ਲੋਕਾਂ ਨੇ ਐਨ ਸੁਣਿਆ ਮੇਰਾ ਫੇਵਰਟ ਫਿਲਹਾਲ ਤੱਕ ਹਲੇ ਉਹੀ ਹੈ ਜੀ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਸੋ ਹਾਈ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀ ਓਕੇ ਦੋਸਤੋ ਗਿੱਪੀ ਗਰੇਵਾਲ ਨੂੰ ਵੀ ਸਿੱਧੂ ਮੂਸੇਵਾਲਾ ਦਾ ਪਹਿਲਾ ਗਾਣਾ ਸੋ ਹਾਈ ਬਹੁਤ ਵਧੀਆ ਲੱਗਦਾ ਹੈ ਸਿੱਧੂ ਮੂਸੇਵਾਲਾ ਜਿਸ ਨੇ ਕਿ ਹੁਣ ਪੰਜਾਬੀ ਇੰਡਸਟਰੀ ਦਾ ਟ੍ਰੈਂਡ ਚੇਂਜ ਕੀਤਾ ਹੈ ਉਦਾਂ ਹੀ ਹਨੀ ਸਿੰਘ ਨੇ ਵੀ ਪੰਜਾਬੀ ਇੰਡਸਟਰੀ ਵਿੱਚ ਬਦਲਾਵ ਲਿਆਂਦੇ ਸਨ ਤੇ ਇੱਥੇ ਦੱਸਣਯੋਗ ਮੇਨ ਗੱਲ ਇਹ ਵੀ ਹੈ ਕਿ ਹਨੀ ਸਿੰਘ ਨੂੰ ਵੀ ਸਿੱਧੂ ਮੂਸੇਵਾਲੇ ਦੇ ਗਾਣੇ ਬਹੁਤ ਵਧੀਆ ਲੱਗਦੇ ਹਨ ਤੇ ਇਹ ਗੱਲ ਹਨੀ ਸਿੰਘ ਨੇ ਆਪਣੇ ਇੱਕ ਲਾਈਵ ਵਿੱਚ ਕਹੀ ਸੀ ਤੇ ਸਿੱਧੂ ਮੂਸੇਵਾਲੇ ਨੇ ਵੀ ਐਫ ਐਮ ਰੇਡੀਓ ਦੀ ਇੱਕ ਇੰਟਰਵਿਊ ਵਿੱਚ ਹਨੀ ਸਿੰਘ ਦੀ ਤਾਰੀਫ ਕੀਤੀ ਸੀ ਹਨੀ ਸਿੰਘ ਨੇ ਵੀ ਗਾਇਕੀ ਦੇ ਖੇਤਰ ਵਿੱਚ ਕਾਫੀ ਨਾਮ ਖੱਟਿਆ ਹੈ ਤੇ ਅੱਜ ਵੀ ਹਨੀ ਸਿੰਘ ਬਾਲੀਵੁੱਡ ਦੇ ਰੈਪਰਾਂ ਵਿੱਚੋਂ ਨੰਬਰ 1 ਤੇ ਆਉਂਦਾ ਹੈ ਗਿੱਪੀ ਗਰੇਵਾਲ ਨੇ ਇੱਥੇ ਨੱਚ ਨੱਚ ਗਾਣੇ ਦੀ ਗੱਲ ਵੀ ਕੀਤੀ ਤੇ ਦੱਸਿਆ ਕਿ ਕੁਝ ਲੋਕਾਂ ਨੂੰ ਇਦਾਂ ਲੱਗਦਾ ਹੁੰਦਾ ਹੈ ਕਿ ਇੱਕ ਸਿੰਗਰ ਦੀ ਦੂਜੇ ਸਿੰਗਰ ਨਾਲ ਨਹੀਂ ਬਣਦੀ ਪਰ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਹੁੰਦਾ ਤੇ ਜਿਸ ਕਰਕੇ ਹੀ ਮੈਂ ਨੱਚ ਨੱਚ ਗਾਣੇ ਵਿੱਚ ਕਾਫੀ ਸਿੰਗਰਾਂ ਨੂੰ ਇਕੱਠੇ ਕਰਨ ਬਾਰੇ ਸੋਚਿਆ ਸੀ ਦੋਸਤੋ ਸਿੱਧੂ ਮੂਸੇਵਾਲੇ ਨੇ ਤਾਂ ਆਪਣੀ ਗਾਇਕੀ ਨਾਲ ਪੂਰੀ ਪੰਜਾਬੀ ਇੰਡਸਟਰੀ ਦਾ ਟ੍ਰੈਂਡ ਹੀ ਚੇਂਜ ਕਰਤਾ ਤੇ ਸਿਰਫ ਬਾਲੀਵੁੱਡ ਵਿੱਚ ਹੀ ਨਹੀਂ ਬਲਕਿ ਬਾਲੀਵੁੱਡ ਤੇ ਹਾਲੀਵੁੱਡ ਵਿੱਚ ਵੀ ਆਪਣੀ ਇੱਕ ਅਲੱਗ ਪਹਿਚਾਣ ਬਣਾ ਲਈ ਹੈ ਤੇ ਅੱਜ ਦੇ ਸਮੇਂ ਵਿੱਚ ਸਿੱਧੂ ਮੂਸੇਵਾਲੇ ਦਾ ਕੋਈ ਤੋੜ ਨਹੀਂ ਹੈ ਤੇ ਵੱਡੇ ਵੱਡੇ ਸੁਪਰਸਟਾਰ ਵੀ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਸੁਣਦੇ ਹਨ ਦੋਸਤੋ ਜੇਕਰ ਤੁਸੀਂ ਵੀ ਹਨੀ ਸਿੰਘ ਤੇ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਧੰਨਵਾਦ।